ਅੱਜ ਅਸੀਂ ਪਹੁੰਚੇ ਹਾਂ ਸ਼ੂਜ਼ ਪਲਾਜ਼ਾ ਬਤਾਲੇ ਦੇ ਵਿੱਚ ਅਤੇ ਦੇਖਦੇ ਹਾਂ ਕਿ ਇਹਨਾਂ ਕੋਲ ਕਿਹੜੀ ਕਿਹੜੀ ਵਰਾਇਟੀਜ਼ ਹੈਗੀਆਂ ਅੱਜ ਸਾਰੀਆਂ ਅਤੇ ਕਾਫੀ ਅੱਛੀ ਲੁੱਕ ਹੈਗੀ ਆ ਅਤੇ ਭਾਈ ਕੋਲ ਟੀ ਸ਼ਰਟਸ ਔਰ ਸ਼ਰਟਸ ਵਗੈਰਾ ਸਾਰਾ ਕੁਛ ਹੀ ਹੈਗਾ ਵਾ ਕਾਫੀ ਅੱਛੀ ਭਾਈ ਨੇ ਦੁਕਾਨ ਵਗੈਰਾ ਜਿਹੜੀ ਸਜਾਈ ਆ ਇਹਨਾਂ ਕੋਲ ਕੱਪੜੇ ਬੂਟਸ ਲੇਡੀਜ਼ ਚੱਪਲ ਸਾਰਾ ਕੁਛ ਹੀ ਮਿਲਦਾ ਵਾ ਅਤੇ ਸ਼੍ਰੀ ਦਰਬਾਰ ਸਾਹਿਬ ਜੀ ਅਤੇ ਦਸਾਂ ਗੁਰੂ ਦੀ ਫੋਟੋ ਹੈਗੀ ਆ ਅਤੇ ਭਾਈ ਨੇ ਕਾਫੀ ਅੱਛੀ ਡਿਸਪਲੇ ਕੀਤੀ ਹੈ ਨੀਟ ਐਂਡ ਕਲੀਨ ਸਾਫ਼ ਸੁਥਰਾ ਅਤੇ ਭਾਈ ਕੋਲ ਜੀਨਸ ਟੀ ਸ਼ਰਟਸ ਸ਼ਰਟਸ ਸਾਰਾ ਕੁਛ ਹੀ ਹੈਗਾ ਵਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੇ ਵਧੀਆ ਜੀ ਕੀ ਹਾਲ ਚਾਲ ਜੇ ਵਧੀਆ ਜੀ ਕੀ ਨਾਮ ਆਪਣਾ ਆਪਣਾ ਨਾਮ ਵੀਰ ਜੀ ਜੋਬਨਪ੍ਰੀਤ ਸਿੰਘ ਅਤੇ ਕਿੱਥੋਂ ਦੇ ਰਹਿਣ ਵਾਲੇ ਜੇ ਸੇਰੋਂ ਅਤੇ ਆਹ ਜਿਹੜੀ ਲੋਕੇਸ਼ਨ ਆ ਇਹ ਲੋਕੇਸ਼ਨ ਵੀਰ ਜੀ ਬਤਾਲਾ 1403 ਪਿੰਨ ਕੋਡ ਆ ਜ਼ਿਲ੍ਹਾ ਅੰਮ੍ਰਿਤਸਰ ਅਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ ਸਰ ਕੰਟੈਕਟ ਨੰਬਰ ਆਪਣਾ ਵੀਰ ਜੀ 6835-33795 ਠੀਕ ਹੈ ਹਾਂਜੀ ਅਤੇ ਸਰ ਸ਼ੋਪ ਤੁਹਾਨੂੰ ਤੁਸੀਂ ਆਪ ਲਈ ਹੈ ਜਾਂ ਤੁਹਾਡੇ ਪਾਪਾ ਦੀ ਹੈ ਨਹੀਂ ਆਪਣੀ ਹੈ ਜੀ ਆਪ ਹੀ ਸ਼ੁਰੂ ਕੀਤੀ ਸਟਾਰਟਿੰਗ ਠੀਕ ਹੈ ਅਤੇ ਪਾਪਾ ਦਾ ਯੋਗਦਾਨ ਹੈਗਾ ਇਹਦੇ ਵਿੱਚ ਕਿ ਨਹੀਂ ਹਾਂਜੀ ਪਾਪਾ ਦਾ ਯੋਗਦਾਨ ਹੈਗਾ ਸਾਰਾ ਕੁਛ ਉਹਨਾਂ ਦਾ ਹੀ ਹੈ ਜੀ ਠੀਕ ਹੈ ਹਾਂਜੀ ਅਤੇ ਭਾਈ ਕੋਈ ਚੱਪਲਾਂ ਵਗੈਰਾ ਵਿਆਹ ਵਾਲੇ ਸੈਂਡਲਸ ਡੇਲੀ ਵੇਅਰਸ ਸਾਰਾ ਕੁਛ ਹੀ ਹੈਗਾ ਵਾ ਆਪਣੀਆਂ ਬੈਲਟਸ ਵਗੈਰਾ ਵੀ ਹੈਗੀਆਂ ਸਾਰੀਆਂ ਸਾਰੀਆਂ ਸਿੱਧੂ ਮੂਸੇਵਾਲਾ ਦੀਵਾਲੀਆਂ ਵੀ ਸ਼ਰਟਸ ਵਗੈਰਾ ਹੈਗੀਆਂ ਸਿੱਧੂ ਮੂਸੇਵਾਲਾ ਜਰਸੀ ਠੀਕ 150 ਰੁਪਏ ਤੋਂ ਸਟਾਰਟਿੰਗ ਤੁਹਾਨੂੰ ਦੇ ਦਾਂਗੇ ਵਧੀਆ ਵੀ ਮਿਲ ਜੂਗੀ ਸਟਾਰਟਿੰਗ 150 ਰੁਪਏ ਤੋਂ ਹਾਂਜੀ ਭਾਈ ਦੱਸਿਓ ਜਿੱਦਾਂ ਵੀਰ ਜੀ ਸਰਪਲਸ ਬਤਾਲੇ ਦੇ ਵਿੱਚ ਕੋਈ ਨਹੀਂ ਵੇਚਦਾ ਇੱਥੇ ਲਾਗੇ ਬੰਨੇ ਰਹੀਏ ਬਾਬਾ ਬਕਾਲਾ ਸਾਹਿਬ ਵੀ ਆਪਣੇ ਕੋਲ ਅਵੇਲੇਬਲ ਮਿਲੂਗਾ ਤੁਹਾਨੂੰ ਬਹੁਤ ਹੀ ਚੀਪੈਸਟ ਰੇਂਜ ਦੇ ਵਿੱਚ 4045 ਵਾਲਾ ਪੀਸ ਆ ਬਹੁਤ ਹੀ ਚੀਪ ਰੇਂਜ ਦੇ ਵਿੱਚ 300-350 ਜਿੱਦਾਂ ਹੋ ਜੂਗਾ ਠੀਕ ਆ ਸਿੱਧੂ ਮੂਸੇਵਾਲਾ ਜਰਸੀ ਜਿੱਦਾਂ ਅੱਜ ਕੱਲ੍ਹ ਚੱਲਦੀ ਪਈ ਆ ਲੌਂਗ ਸ਼ੋਲਡਰ 150 ਰੁਪਏ ਜਿਹਾ ਅਵੇਲੇਬਲ ਤੁਹਾਨੂੰ ਦੇ ਦਾਂਗੇ ਬਾਕੀ ਕੁਆਲਿਟੀ ਦੇ ਨਾਲ ਕੋਈ ਕੰਪੈਰੀਜ਼ਨ ਨਹੀਂ ਕੁਆਲਿਟੀ ਤੁਹਾਡੇ 'ਤੇ ਡਿਪੈਂਡ ਹੈ ਜਿੱਦਾਂ ਦੇ ਪੈਸੇ ਉੱਦਾਂ ਦੀ ਚੀਜ਼ ਠੀਕ ਹੈ ਨਾ ਜਿੱਦਾਂ ਟੋਮੀ ਸਾਰੀ ਐਮਬਰਾਇਡਰੀ ਵਧੀਆ ਦੇ ਵਿੱਚ ਫੁੱਲ ਗਰੰਟਡ ਜੇ ਗਰੰਟਡ ਕਹਾਂਗੇ ਤਾਂ ਵਾਪਸੀ ਵੀ ਲਵਾਂਗੇ ਠੀਕ ਹੈ ਅਗਰ ਮਤਲਬ ਕੋਈ ਕਸਟਮਰ ਆਣ ਕੇ ਕੰਪਲੇਂਟ ਕਰਦਾ ਤਾਂ ਤੁਸੀਂ ਵਾਪਸ ਵੀ ਲੈ ਲੈਣੇ ਵਾਪਸ ਵੀ ਲਵਾਂਗੇ ਇਹ ਨਹੀਂ ਕਿ ਜੇ ਕਹਾਂਗੇ ਤਾਂ ਵਾਪਸ ਨਹੀਂ ਲਵਾਂਗੇ ਕੋਈ ਬੁਰਾ ਸਰ ਇਹ ਤਾਂ ਬਹੁਤ ਵਧੀਆ ਕੁਆਲਿਟੀ ਹੈ ਤੁਹਾਡੀ ਕਿ ਤੁਸੀਂ ਵਾਪਸ ਵੀ ਕਰਦੇ ਹੋ ਉਸੇ ਟਾਈਮ ਵਾਪਸ ਕਰੋਗੇ ਮਤਲਬ ਕਿ ਆਪਾਂ ਨੂੰ ਕਸਟਮਰ ਦੇ ਨਾਲ ਬਹਿਸਬਾਜ਼ੀ ਨਹੀਂ ਕਰਨੀ ਉਹਦੀ ਪ੍ਰੋਬਲਮ ਦਾ ਹੱਲ ਕਰਕੇ ਦੇਣਾ ਬਿਲਕੁਲ ਜੀ ਕੋਈ ਵੀ ਕੰਪਲੇਨ ਆਵੇ ਜਿੱਦਾਂ ਦਾ ਪੀਸ ਜਿੱਦਾਂ ਦੇ ਪੈਸੇ ਮਤਲਬ ਉਦੋਂ ਦੀ ਚੀਜ਼ ਨੂੰ ਦੇ ਕੇ ਭੇਜਾਂਗੇ ਕੋਈ ਵੀ ਕਸਟਮਰ ਆਪੇ ਉਹਨੂੰ ਰਾਜ਼ ਹੋ ਕੇ ਨਹੀਂ ਜਾਊਗਾ ਠੀਕ ਹੈ ਸਰ ਅਤੇ ਭਾਜੀ ਕੋਲ ਆਪਣੇ ਜੀਨਸ ਵਗੈਰਾ ਵੀ ਹੈਗੀਆਂ ਵਾ ਸਾਰੀਆਂ ਸਾਰੀਆਂ ਅਤੇ ਉਹ ਕਾਫੀ ਅੱਛੇ ਟ੍ਰੈਂਡਿੰਗ ਦੇ ਵਿੱਚ ਜਿਹੜੀਆਂ ਜੀਨਸ ਹੁੰਦੀਆਂ ਉਹ ਵੀ ਭਾਜੀ ਕੋਲ ਮਤਲਬ ਕਿ ਸਾਰੀਆਂ ਹੋਣਗੀਆਂ ਵੈਲ ਬਾਟਮ ਮਿਲ ਜਾਣਗੀਆਂ ਵੈਲ ਬਾਟਮ ਡਿਜ਼ਾਈਨ ਹੋਊਗਾ ਠੀਕ ਹੈ ਨਾ ਠੀਕ ਡਿਜ਼ਾਈਨਿੰਗ ਵਗੈਰਾ ਦੇ ਵਿੱਚ ਵਧੀਆ ਤੋਂ ਵਧੀਆ ਵੀ ਮਿਲ ਜੂਗੀ ਬਹੁਤ ਮਿਲ ਜਾਣਗੇ ਤੁਹਾਨੂੰ ਠੀਕ ਹੈ ਤੇ ਕੀ ਕੋਸਟ ਪੈਂਦੀ ਭਾਈ ਵੀਰ ਜੀ ਸਟਾਰਟਿੰਗ ਹੋ ਜੂਗੀ ਜੀਨ ਦੀ ਆਪਣੇ ਕੋਲ 450 ਰੁਪਏ ਤੋਂ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ ਮਤਲਬ 450 ਦਾ ਸਟਾਰਟਿੰਗ ਆ ਉਸ ਤੋਂ ਬਾਅਦ ਚ ਜਿੰਨਾ ਤੁਹਾਡਾ ਆਪਣਾ ਰੇਟ ਹੋਵੇਗਾ ਤੁਸੀਂ ਉਸ ਹਿਸਾਬ ਨਾਲ ਲੈ ਸਕਦੇ ਜੀ ਇਸੇ ਤਰ੍ਹਾਂ ਕਮੀਜ਼ ਵੀ ਆਪਾਂ ਤੁਹਾਨੂੰ ਦੇ ਦਾਂਗੇ 160 ਰੁਪਏ ਤੋਂ ਸਟਾਰਟਿੰਗ 160 ਰੁਪਏ ਤੋਂ ਸਟਾਰਟਿੰਗ ਹੋ ਰਹੀ ਆ ਤੇ ਫਿਰ ਜਿੱਥੋਂ ਤੱਕ ਤੁਹਾਡੀ ਰੇਂਜ ਜਾਂਦੀ ਮਤਲਬ ਕਿ ਜਿੰਨਾ ਕਸਟਮਰ ਦਾ ਬਜਟ ਹੈਗਾ ਉਸ ਹਿਸਾਬ ਨਾਲ ਤੁਸੀਂ ਲੈ ਸਕਦੇ ਜੀ ਵਧੀਆ ਤੋਂ ਵਧੀਆ ਵੀ ਦੇ ਦਾਂਗੇ ਮਤਲਬ ਸਟਾਰਟਿੰਗ 150 ਰੁਪਏ ਤੋਂ ਇਸੇ ਤਰ੍ਹਾਂ ਟੀ-ਸ਼ਰਟ ਵੀ ਆਪਾਂ 100 ਰੁਪਏ ਤੋਂ ਸਟਾਰਟਿੰਗ ਦੇ ਦਾਂਗੇ ਠੀਕ ਹੈ ਮਤਲਬ ਟੀ ਸ਼ਰਟ ਵੀ 100 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਫਿਰ ਉਹ 500 ਤੱਕ ਜਾਂਦੀ 1000 ਤੱਕ ਜਾਂਦੀ ਉਹ ਕਸਟਮਰ ਤੇ ਡਿਪੈਂਡ ਕਰਦਾ ਵਾ ਕਿ ਉਹਦੀ ਨੇਚਰ ਕਿੱਦਾਂ ਦੀ ਹੈ ਕਿੰਨੇ ਪੈਸੇ ਖਰਚਦਾ ਪਿਆ ਵਾ ਕੀ ਉਹਦਾ ਵੈਲ ਐਂਡ ਗੁੱਡ ਹੈਗਾ ਵਾ ਠੀਕ ਹੈ ਥੈਂਕ ਯੂ ਸਰ ਤੁਸੀਂ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ ਅਤੇ ਆਸ਼ਾ ਕਰਦਾ ਵਾਂ ਕਿ ਨੈਕਸਟ ਟਾਈਮ ਵੀ ਤੁਹਾਡੇ ਕੋਲ ਆਵਾਂ ਓਕੇ ਵੀਰ ਜੀ ਠੀਕ ਹੈ ਐਂਡ ਸਬਸਕ੍ਰਾਈਬ ਮਾਈ ਚੈਨਲ ਮਾਈ ਨੇਮ ਇਜ਼ ਹਰਪ੍ਰੀਤ ਸਿੰਘ ਥੈਂਕ ਯੂ